गाइस, आज ये मेरा चौथा पांचवा व्लॉग है जी जी और इसमें मैं आपको आज अपने गांव का मेला दिखाऊंगा। मेले दे वे तुहानू कबड्डी दिखाई जाएगी। ओ केड़ी कबड्डी होनी है ये भी दसो। हड़प्पे दी टीम ते दो चक दी टीम ते बेच बंदे केड़े होने। बंदिया दी कोई सोर नहीं। और जनानियां होनियां। बंदिया होनियां नहीं। ਵਲੌਗ ਜੋ ਆਪਾਂ ਬਣਾ ਰਹੇ ਹਾਂ ਤੇ ਤੁਸੀਂ ਆਪਣੇ ਵੀਵਰ ਨੂੰ ਕੀ ਖਵਾਉਣਾ ਚਾਹੋਗੇ? ਅਸੀਂ ਜਲੇਬੀ ਖਵਾਵਾਂਗੇ ਉਹਨਾਂ ਨੂੰ। ਔਰ ਕੀ ਚੀਜ਼? ਅੱਜ ਮੇਲੇ ਤੇ ਪਕੌੜੇ ਜਲੇਬੀ ਹਾਰ ਬਲਾ ਤੁਹਾਨੂੰ ਵਿਖਾਈ ਜਾਣਗੇ। ਇਹ ਬੜੀ ਅੱਛੀ ਬਾਤ ਕਹੀ ਆ। ਕਿਤਨੇ ਕਿਤਨੇ ਖਵਾਸੋ? ਕੋਈ ਪਤਾ ਨਹੀਂ, 10-10 ਰੁਪਏ ਦੀ। ਹੁਣ ਮੈਂ ਬਲਗੇਡੀਅਰ ਕੋ ਪੁੱਛਣਾ ਮੇਲਾ ਕਿੱਦਾਂ ਲੱਗਣਾ, ਚਲੋ ਬਤਾਓ ਜੀ। ਦੋਸਤ ਮੇਰੀ ਬਾਤ ਸੁਣੇ, ਜੋ ਕਬੱਡੀ ਹੈ ਉਹ ਆਜ 29 ਮਾਰਚ 2024 ਕੋ ਹੈ। ਔਰ ਬਾਅਦ ਮੇ ਹਮ ਜਬ ਮੇਲੇ ਸੇ ਪੰਜਾਬੀ ਮੇ ਬਾਤ ਕਰੇ, ਪੰਜਾਬੀ ਮੇ ਜੰਗਲੀ ਮੇ, ਜਦੋਂ ਅਸੀਂ ਮੇਲੇ ਤੋਂ ਵਾਪਸ ਆਵਾਂਗੇ ਨਾ, ਤੁਹਾਨੂੰ ਪੌਦਿਆਂ ਦੇ ਬਾਰੇ, ਫਸਲਾਂ ਦੇ ਬਾਰੇ ਦੱਸਾਂਗੇ, ਇਹਨਾਂ ਦੇ ਸ਼ਜਰਕਾਰੀ ਮੁਹਿੰਮ ਦੇ ਬਾਰੇ ਦੱਸਾਂਗੇ ਕਿ ਪੌਦੇ ਲਗਾਓ। ਇੱਥੇ ਪੌਦਿਆਂ ਦੇ ਬਾਰੇ ਨਹੀਂ ਦੱਸਿਆ ਜਾਂਦਾ, ਆਪਾਂ ਅੱਜ ਇਹਨਾਂ ਨੂੰ ਮੇਲਾ ਵੀ ਖਾਣਾ। ਮੇਲਾ ਤਾਂ ਦਿਖਾਉਣਾ ਹੈ, ਮੈਂ ਕਹਿ ਰਿਹਾ ਮੈਂ ਉਸ ਤੋਂ ਬਾਅਦ ਅੱਟ ਕੇ ਤੁਹਾਨੂੰ ਦੱਸਾਂਗੇ ਕੀ ਦੱਸਾਂਗੇ। ਆਕਸੀਜਨ ਕਿਹੜੀ ਹੈ ਉਹ ਦਰਖਤਾਂ ਤੋਂ ਹਾਸਿਲ ਹੁੰਦੀ ਹੈ ਤੇ ਦਰਖਤ ਦੀ ਮਾਂ। ਭਾਈ ਇੱਥੇ ਜ਼ਹਿਰੇ ਫਾਰਮ ਨਹੀਂ ਲਾਇਆ ਤੁਸੀਂ, ਇਹਨਾਂ ਨੂੰ ਵਲੌਗ ਵੀ ਖਾਓ। ਭਾਈ ਮੇਰੀ ਗੱਲ ਸੁਣੋ, ਮੈਨੂੰ ਪਤਾ ਤੁਸੀਂ ਤਪਾ ਸ਼ਰਮ ਕਰ ਸਕਦੇ। ਆਪਣਾ ਇਸ ਬਾਤ ਅੱਟ ਕੇ ਨਾ ਤੁਹਾਨੂੰ ਫਸਲਾਂ ਦੇ ਮੱਕੀ ਦੇ ਬਾਰੇ ਦੱਸਾਂਗੇ ਕਿ ਮੱਕੀ ਕਦੋਂ ਕਾਸ਼ਤ ਹੋਣੀ ਹੈ। ਮੱਕੀ ਭਾਈ ਨਹੀਂ, ਕਣਕਾਂ ਕਾਸ਼ਤ ਹੋਣੀ ਹੈ। ਹੁਣ ਜੰਮਦੀ ਪਈ ਹੈ ਮੱਕੀ ਤੇ ਪਹਿਲਾਂ ਹੀ ਕਾਸ਼ਤ ਮੈਂ ਤੁਹਾਨੂੰ ਦੱਸ ਰਿਹਾ, ਇਹ ਗਲਤ ਮੈਂ ਕਹਿ ਰਿਹਾ। ਤੇ ਉਸ ਬਾਤ ਅੱਟ ਕੇ ਫਿਰ ਤੁਹਾਨੂੰ ਪੱਠਿਆਂ ਦੇ ਬਾਰੇ ਦੱਸਾਂਗੇ, ਘਾਹ ਭਾਈ ਕਿਵੇਂ ਵੱਢਿਆ ਜਾਂਦਾ। ਤੇ ਉਸ ਬਾਅਦ ਅੱਜ ਕੇ ਨਸਰ ਭਾਈ ਆਪਾਂ ਘਾਸ ਦੇ ਨਾਲ ਫੂਸ ਦਾ ਜੇ ਤੇ ਉਸ ਬਾਅਦ ਅੱਜ ਕੇ ਫਿਰ ਉਮੀਦ ਹੈ ਭਾਈ ਭਾਈ ਆਪਣੇ ਵੀਵਰ ਨੂੰ ਸਬਸਕ੍ਰਾਈਬ ਨਾ ਨਹੀਂ ਦੱਸਣਾ ਤੇ ਸਬਸਕ੍ਰਾਈਬ ਕਰਨਗੇ ਨਾ ਜਦੋਂ ਸਬਸਕ੍ਰਾਈਬ ਇਹਨਾਂ ਕੋਈ ਨਹੀਂ ਕਰਨਾ ਕਿ ਮੈਂ ਇਹ ਬੋਏ ਪਾਕਿਸਤਾਨੀ ਬਹੁਤ ਕੰਜੂਸ ਆ ਅਤੇ ਇਹਨਾਂ ਦਾ ਚੈਨਲ ਅਸੀਂ ਕਰ ਦੇਵਾਂਗੇ। ਇਹਨਾਂ ਦਾ ਕਿਵੇਂ ਕੱਟਾਂਗੇ? ਆਪਾਂ ਆਪਣਾ ਕਰ ਦੇਵਾਂਗੇ। ਸਹੀ ਗੱਲ, 1000 ਸਬਸਕ੍ਰਾਈਬਰ ਤੁਸੀਂ ਮਹੀਨੇ ਦੇ ਵਿੱਚ ਕਲੀਅਰ ਕਰਨੇ ਆ। ਜੇ ਨਾ ਹੋਏ ਤਾਂ ਫਿਰ ਆਪਾਂ ਚੈਨਲ ਕਰ ਦੇਵਾਂਗੇ, ਕਿਉਂ ਜੋ ਨਾ ਫਿਰ ਅਸੀਂ ਪਾਕਿਸਤਾਨ ਉਂਝ ਹੀ ਛੱਡ ਦੇਣਾ। ਐਵੇਂ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਹੈ। ਫਿਰ ਅਸੀਂ ਵੇਖਣਾ ਅਸੀਂ ਕਿਤਨੇ ਮਿਹਨਤ ਨਾਲ ਵਲੌਗ ਬਣਾਉਂਦੇ ਹਾਂ, ਫਨੀ ਵੀਡੀਓ ਹੀ ਆਵੇਗੀ, ਨਾਲੇ ਦੂਸਰੀ ਤੁਹਾਨੂੰ ਅਗਾਹੀ ਕੀਤੀ ਜਾਵੇਗੀ, ਔਰ ਮਿਸਾਲ ਦੇ ਤੌਰ ਤੇ ਔਰ ਮਿਹਨਤ ਦੇ ਬਾਰੇ ਅਗਾਹੀ ਕੀਤੀ ਜਾਵੇਗੀ। ਆ ਵੇਖਣਾ ਅਸੀਂ ਵਲੌਗ ਬਣਾ ਕੇ ਸਾਡੀ ਬੂਥੀਆਂ ਕਿਹੜੀਆਂ ਹੋਊਗੀ। ਬਿਲਕੁਲ, ਇਹ ਗੱਲ ਸੱਚੀ ਤੇਰੀ, ਬਹੁਤ ਤਮਾਸ਼ਾ। ਅੱਜ ਅਲੀਰ ਦਾ ਥੋੜਾ ਤਪਾ ਸਚਾਇਆ ਖੋਤਾ ਤੇ ਇਹ ਤੁਹਾਨੂੰ ਕੁਛ ਨਾ ਕੁਛ ਕਹਿ ਕੇ ਗੱਲੇਗਾ। ਨਾਸਰ ਭਾਈ ਯਾਦ ਰੱਖਣਾ, ਇਨਸ਼ਾਅੱਲਾ ਤਾਲਾ ਜ਼ਿੰਦਗੀ ਰਹੀ ਤੇ 1000 ਸਬਸਕ੍ਰਾਈਬਰ ਇੱਕ ਮਹੀਨੇ ਦੇ ਵਿੱਚ ਇਨਸ਼ਾਅੱਲਾ ਕਲੀਅਰ ਹੋ ਗਿਆ। ਜੇ ਨਾ ਹੋਏ ਤਾਂ ਫਿਰ ਸ਼ਰਤ ਲੱਗ ਗਈ, ਬੰਦ ਕਰਾਂਗੇ, ਜ਼ਰੂਰ ਕਰਾਂਗੇ ਸਬਸਕ੍ਰਾਈਬਰ। ਕਿਉਂ ਕਿਉਂ ਕੌਣ ਹੁੰਦਾ ਪਿਆ ਬੰਦ ਕਰਾ? ਬੰਦ ਕਰ, ਕਿਉਂ ਬੰਦ ਕਰ? ਨਹੀਂ ਗੱਲ ਹੈ, ਹਾਏ ਨਵਾਜ਼ ਜੀ ਨੇ, ਹਾਏ ਤੇਰੇ ਸਲਾਮ ਤੇਰੀ ਅਦੁਆ ਤੇ ਇਸ ਕਬੱਡੀ ਦਾ ਤੂੰ ਨਜ਼ਾਰਾ ਵਿਖਾਵਣ ਜਾ ਰਿਹਾ ਹੈ। ਇਸ ਕਬੱਡੀ ਦੇ ਨਿਜ਼ਾਮ ਨੂੰ ਤੜ ਜਾਣਾ ਖੁਸ਼ਾਮਦੀਦ ਕਹੋ। ਇਹ ਵੇ ਪਹਿਲਵਾਨ ਪਾਕਿਸਤਾਨ ਦੇ ਕਬੱਡੀ ਖੇਲਣ ਆਏ ਹੈ। ਇਸ ਕਬੱਡੀ ਦੇ ਵਿੱਚ ਨਾਸਰ ਲੱਕ, ਅਲੀ ਰਜ਼ਾ ਲੱਕ ਸਾਹਿਬ ਨੂੰ, ਆਸਿਫ ਲੱਕ ਸਾਹਿਬ ਨੂੰ ਨਵਾਜ਼ਿਸ਼ ਕਰਨੇ ਆਏ। ਉਹ ਕਬੱਡੀ ਦੇ ਬੜੇ ਹੀ ਖਾਸ ਮਹਿਮਾਨ ਹੈ, ਖਾਸ ਮਹਿਮਾਨ ਹੈ। ਕਬੱਡੀ ਪਹਿਲੇ ਸ਼ੁਰੂ ਕਰਨ ਤੋਂ ਪਹਿਲੇ ਮੈਂ ਸਭ ਲੋਕਾਂ ਸੇ ਗੁਜ਼ਾਰਿਸ਼ ਕਰਤਾ ਹੂੰ ਤੇ ਇਸਕਾ ਇਸਤਕਬਾਲ ਜ਼ੋਰਦਾਰ ਤਾੜੀਓ ਸੇ ਕਰੇ। ਪਹਿਲਾ ਸਾਹ ਪਾਵਣ ਵਾਸਤੇ ਆਜ਼ਾਦ ਚੀਨੇ ਨੂੰ ਤਿਆਰ ਕੀਤਾ ਜਾ ਰਿਹਾ ਹੈ। ਉਹ ਵੇਖੋ ਜੀ, ਆਜ਼ਾਦ ਚੀਨੇ ਨੂੰ ਤਿਆਰ ਕੀਤਾ ਜਾ ਰਿਹਾ ਹੈ।
ਅੱਗੋ ਜਾ ਪਾਵਣ ਵਾਲਿਆ ਦੀ ਅਸਨ ਮੋਹਮਨ ਡੋਗਰ ਸਾਹਿਬ ਔਰ ਆਸਿਫ ਲਖ ਸਾਹਿਬ ਅੱਗੋ ਜਾ ਪਾਵਣ ਵਾਲਾ ਐ ਵੇ ਕਬੱਡੀ ਦਾ ਨੰਬਰ ਲੈ ਗਿਆ ਅਗਲੇ ਕਬੱਡੀ ਪਾਵਣ ਵਾਸਤੇ ਚੀਤੇ ਨੂੰ ਤਿਆਰ ਕੀਤਾ ਗਿਆ ਐ ਵੇਖੋ ਚੀਤਾ ਜਾ ਰਿਹਾ ਐ ਕਬੱਡੀ ਪਾਵਣ ਜਾ ਰਿਹਾ ਤੇ ਐ ਕਬੱਡੀ ਵਿੱਚੋਂ ਵੇਖ ਲਓ ਨੰਬਰ ਬਗਦਾ ਬਗਦਾ ਲਾਇ ਗਿਆ ਕਬੱਡੀ ਦਾ ਨੰਬਰ ਸ਼ਾਬਾਸ਼ ਆ ਜਿਹੜਾ ਹੁਣ ਕਬੱਡੀ ਪਾਵਣ ਵਾਸਤੇ ਭੇਜਿਆ ਗਿਆ ਇਹਦਾ ਨਾਂ ਇਹਨੂੰ ਸਿੱਧੂ ਪੁਕਾਰਦੇ ਨੇ ਐ ਹੁਣ ਦੇਖ ਲਓ ਕਬੱਡੀ ਪਾਵਣ ਆ ਗਿਆ ਐ ਵੇਖੋ ਐ ਨਹੀਂ 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 ਐ ਦੱਪਾ ਮਾਰ ਲੱਗਾ ਐ ਨੰਬਰ ਲੈ ਗਿਆ ਜ਼ੋਰਦਾਰ ਤਾੜੀਆਂ ਬੱਬੀ ਵੇਖਣ ਤੋਂ ਪਹਿਲੇ ਇੱਕ ਸ਼ਹਿਰ ਸੁਣ ਲਓ ਕਿ ਮੁਹੰਮਦ ਸੇ ਵਫਾ ਤੂਨੇ ਤੋ ਹਮ ਤੇਰੇ ਹੈ ਯੇ ਜਾਂ ਚੀਜ਼ ਕਿਆ ਲੋਹੇ ਕਲਮ ਵੀ ਤੇਰੇ ਹੈ ਔਰ ਜੀ ਆਜ਼ਾਦ ਚੀਨਾ ਫਿਰ ਕਬੱਡੀ ਪਾਉਣ ਆ ਗਿਆ ਐ ਵੇਖੋ ਹਾਏ ਡੋਗਰਾ ਹਾਏ ਐ ਡੋਗਰ ਕਬੱਡੀ ਪਾ ਰਿਹਾ ਦੂਸਰੇ ਜਲ ਤੇ ਖੋਤੇ ਹੋਇਆ ਹਾਏ ਡੋਗਰਾ ਹਾਏ ਹਾਏ ਡੋਗਰਾ ਬਸ 15 ਸਕਿੰਟ ਬਚੇ ਹਾਏ ਓ ਡੋਗਰਾ ਔਰ ਡੋਗਰ ਸਾਹਿਬ ਆਊਟ ਹੋ ਗਏ ਇੱਕ ਕਬੱਡੀ ਦਾ ਹੋਰ ਸ਼ੇਅਰ ਲੈ ਕੇ ਆਇਆ ਜਦੋਂ ਵਕਤ ਸਿਆਣਿਆ ਨਹੀਂ ਮੈਨੂੰ ਮਖਲੂਕ ਸਿਆਣ ਕੇ ਕੀ ਕਰਨਾ ਹੈ ਤੇ ਮੈਂ ਬੱਚੇ ਅਛਾਣ ਜਵਾਨੀ ਦਾ ਇਛਾਣ ਨਿਛਾਣ ਕੇ ਕੀ ਕਰਨਾ ਹੈ ਵਾਹ 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 ਬੜੇ ਸ਼ੇਅਰ ਅੱਛੇ ਆ ਰਹੇ ਐ ਵੇਖੋ ਬੱਚੇ ਵੀ ਮੌਜਾ ਕਰ ਰਹੇ ਔਰ ਯੇ ਦੇਖੋ ਰੋਲਾ ਪੈ ਗਿਆ ਔਰ ਅਭੀ ਥੋੜਾ ਵੇਟ ਕਰਤੇ ਹੈ ਯੇ ਹਮਾਰੇ ਮੇਲੇ ਕਾ ਨਜ਼ਾਰਾ ਦੇਖੇ ਬਹੁਤ ਹੀ ਲੋਕ ਇੰਜੋਏ ਕਰ ਰਹੇ ਹੈ ਯਹਾਂ ਜਲੇਬੀਆ ਪਕੌੜੇ ਸਮੋਸੇ ਗੋਲ ਗੱਪੇ ਸਭ ਮਿਲਤਾ ਹੈ ਔਰ ਅਬ ਡੋਗਰ ਫਿਰ ਪਾਣੇ ਆ ਗਿਆ ਕਬੱਡੀ ਆਏ ਡੋਗਰਾ ਹਾਏ ਔਰ ਯੇ ਫਿਰ ਆਊਟ ਹੋ ਗਿਆ ਡਬਲ ਟੱਚ ਹੋਣੇ ਕੀ ਵਜ੍ਹਾ ਸੇ ਯੇ ਦੇਖੋ ਇੱਕ ਔਰ ਕਬੱਡੀ ਪਾਣੇ ਪਰਾ ਚਲਾ ਗਿਆ ਆਇਆ ਡੋਗਰਾ ਹਾਏ ਆਏ 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 ਆ ਨੰਬਰ ਲੈ ਗਏ ਸ਼ੇਰ ਆਏ ਆਏ ਹਾਏ ਐ ਵੇਖੋ ਬੱਚੇ ਇੰਜੋਏ ਕਰ ਲੈ ਹੁਣ ਕਬੱਡੀ ਪਾਵਣ ਵਾਸਤੇ ਆਜ਼ਾਦ ਸ਼ਾਹ ਆ ਗਏ ਐ ਵੇਖੋ ਕਬੱਡੀ ਪਾਉਣ ਲੱਗੇ ਆ ਔਰ ਸਿਰਫ 15 ਸਕਿੰਟ ਬਚੇ ਆਏ ਆਜ਼ਾਦ ਚਿਨਿਆ ਓ ਦੁਆ ਅਜ਼ੀਜ਼ਿਆ ਆਏ ਹਾਏ 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 ਆ ਨੰਬਰ ਲੈ ਗਏ ਥਾਪੜਾ ਵੱਜ ਗਿਆ ਜੀ ਹੁਣ ਇਨਸ਼ਾਅੱਲਾ ਲਖ ਸਾਹਿਬ ਸਾਹਿਬ ਪਾਵਣ ਜਾਏਗਾ ਐ ਵੇਖੋ ਲਖ ਸਾਹਿਬ ਨੂੰ ਤਿਆਰ ਕੀਤਾ ਗਿਆ ਹੁਣ ਲਖ ਸਾਹਿਬ ਨੇ ਵੇਖੋ ਪੁਆਇੰਟ ਲੈ ਗਿਆ ਲਖ ਸਾਹਿਬ ਜੀ ਉਹ ਲੱਕਾ ਜੀ ਤੇਰੀਆਂ ਸ਼ਾਨਾਂ ਹੀ ਵੱਖਰੀਆਂ ਹੁਣ ਇਸ ਗੇਮ ਦਾ ਆਖਰੀ ਹਿੱਸਾ ਪਾਉਣ ਲੱਗੇ ਆਜ਼ਾਦ ਚੀਨਾ ਆਇਓ ਚੀਨਿਆ ਹਾਏ ਐ ਵੇਖੋ ਜੇ ਛੁੱਟ ਗਿਆ ਤੇ ਜਿੱਤ ਗਏ ਜੇ ਫਦੀ ਗਿਆ ਤੇ ਹਾਰ ਗਏ ਆਇਓ ਏਦਾਂ ਫਦੀ ਗਿਆ ਹੜੱਪਾ ਜਿੱਤ ਗਈ ਦੋ ਚੱਕ ਹਾਰ ਗਈ ਆਇਓ ਹਾਏ